ਅਸੀਂ ਸਾਨੂੰ ਮਹਿਸੂਸ ਤਾਂ ਬੜੀ ਹੋਈ ਸੀ ਜਦੋਂ ਮੇਰਾ ਬੱਚਾ ਘਰ ਘਰ 'ਚ ਸ਼ਹੀਦ ਹੋਇਆ ਸੀ। ਪਰ ਫਿਰ ਵੀ ਮੈਂ ਮੇਰਾ ਬੱਚਾ ਇੱਕ ਹੋਰ ਗਿਆ ਏ, ਉਹ ਵੀ ਉਹਨੇ ਅੱਜ ਨੂੰ ਵੱਡੇ ਨੇ ਅੱਜ ਨੂੰ ਪਿਲਸਨ ਪਾ ਕੇ ਆ ਜਾਣਾ ਸੀ। ਉਹ ਛੋਟਾ ਜਿਹੜਾ ਏ ਉਹ ਹੁਣ ਉੱਥੇ ਗਿਆ ਏ, ਹੁਣ ਮੈਂ ਆਪਦਾ ਪੋਤਰਾ ਵੀ ਉੱਥੇ ਪਹੁੰਚਾ ਦਿੱਤਾ ਏ, ਪਰ ਗੌਰਮੈਂਟ ਦੀ ਸੇਵਾ ਕਰਨ ਨੂੰ। ਪਰ ਇਹ ਆ ਵੀ ਦੇਸ਼ ਪਿੱਛੇ ਮੇਰਾ ਬੱਚਾ ਗਿਆ, ਪਰ ਉਹ ਇਹ ਨਾ ਏ ਵੀ ਮੈਂ ਸਾਰਿਆਂ ਨੂੰ ਦਿੱਲੀ ਵਿੱਚ ਪਲਾਟ ਜੁੜੇ ਨੇ, 20 ਸਿੱਖ ਦਾ ਮੇਰਾ ਬੱਚਾ ਸੀ ਅਤੇ ਮੈਨੂੰ ਪਲਾਟ ਨਹੀਂ ਜੁੜਿਆ, ਮੈਨੂੰ ਕੋਈ ਗੱਲਬਾਤ ਨਹੀਂ, ਮੇਰੀ ਸੁਣਾਈ ਨਹੀਂ ਹੋ ਰਹੀ, ਅਤੇ ਗੌਰਮੈਂਟ ਨੇ ਕੋਈ ਸੁਣਾਈ ਨਹੀਂ ਕੀਤੀ ਮੇਰੀ। ਅਤੇ ਸਾਰੇ ਸਾਡੇ ਨਾਲ ਦੇ ਜਿਹੜੇ 20 ਸਿੱਖ ਦੇ ਬੱਚੇ ਸ਼ਹੀਦ ਹੋਏ ਸਨ ਉਹਨਾਂ ਨੂੰ ਉੱਥੇ ਦਿੱਲੀ ਵਿੱਚ ਪਲਾਟ ਦਿੱਤੇ ਗਏ ਨੇ। ਸਾਨੂੰ ਦਿੱਲੀ 'ਚ ਨਾ ਪਲਾਟ ਦਿੱਤਾ ਗਿਆ ਅਤੇ ਨਾ ਗੌਰਮੈਂਟ ਨੇ ਸਾਨੂੰ ਜਿਹੜਾ ਗੈਸ ਏਜੰਸੀ ਜਾਂ ਦੂਜਾ ਆਪਣਾ ਪੈਟਰੋਲ ਪੰਪ ਇਹ ਨਹੀਂ ਸਾਨੂੰ ਦਿੱਤੇ ਗਏ। ਅਤੇ ਹੋਰ ਜਿਹੜਾ ਕੋਈ ਮਾੜਾ ਮੋਟਾ ਆਪਾਂ ਨੂੰ ਆਇਆ ਹੈ ਵੀ ਇਹਨੇ ਸਰਕਾਰ ਨੇ ਬਾਦਲ ਸਰਕਾਰ ਨੇ ਸਾਨੂੰ ਦਿੱਤਾ ਹੈ, ਅਤੇ ਜਾਂ ਜਿਹੜਾ ਮੇਰੇ ਮੁੰਡੇ ਦਾ ਬੀਮਾ ਸੀ ਉਹ ਆਇਆ ਮੈਨੂੰ ਜਾਂ ਪਿਲਸਣ ਆਉਂਦੀ ਹੈ, ਹੋਰ ਸਾਨੂੰ ਕੋਈ ਨਹੀਂ ਆਣ ਕੇ ਗੱਲ ਸੁਣਦਾ। ਅੱਜ ਮੇਰੇ ਬੱਚੇ ਨੇ ਅੱਜ ਦਾ ਦਿਨ ਕਾਰਗਿਲ ਦੇ ਵਿੱਚ ਬੱਚਿਆਂ ਨੇ ਸਾਰਿਆਂ ਨੇ ਆਪਦੇ ਮਾਵਾਂ ਦੇ ਪੁੱਤਰਾਂ ਨੇ ਅੱਜ ਦੇ ਦਿਨ ਕਾਰਗਿਲ ਦੀ ਪਹਾੜੀ ਜਿੱਤੀ ਸੀ, ਅਤੇ ਅੱਜ ਦਾ ਦਿਨ ਮਨਾ ਰਹੀ ਸਾਰੀ ਦੁਨੀਆ। ਸਾਡੇ ਘਰ ਕੋਈ ਪਹੁੰਚਿਆ ਨਹੀਂ, ਤੁਸੀਂ ਇੱਕ ਪੱਤਰਕਾਰ ਹੋਣ ਆਏ ਨੇ, ਕੋਈ ਨਹੀਂ ਸਾਡੇ ਘਰ ਪਹੁੰਚਿਆ ਵੀ ਅੱਜ ਦਾ ਦਿਨ ਵੀ ਬੜੀ ਬਹਾਦਰੀ ਕੀਤੀ ਸੀ ਬੱਚਿਆਂ ਨੇ। ਅਤੇ ਪਰ ਇੰਨਾ ਹੈ ਵੀ ਕੋਈ ਨਹੀਂ ਸੁਣਾਈ ਕਰ ਰਿਹਾ, ਚੱਜ ਨਾਲ ਕਿਸੇ ਗੱਲ 'ਚ ਵੀ ਨਹੀਂ ਕਰ ਸਕਦੇ। ਪਰ ਇੰਨਾ ਹੈ ਵੀ ਹੁਣ ਇੰਨਾ ਬੱਚਾ ਕਹਿ ਸਕਦੇ ਨੇ ਵੀ ਫਿਰ ਵੀ ਬੱਚਾ ਦੇਣਾ ਬੜਾ ਔਖਾ ਹੈ, ਭਾਵੇਂ ਕਿੱਡਾ ਵੀ ਹੋਵੇ ਅਤੇ ਭਾਵੇਂ ਛੋਟਾ ਹੋਵੇ ਚਾਹੇ ਵੱਡਾ ਹੋਵੇ, ਬੱਚਿਆਂ ਦੇ ਮਾਂ ਨੂੰ ਦੇਣਾ ਬੜਾ ਔਖਾ ਹੈ। ਪਰ ਆਪਦੇ ਬੇਟੇ ਦੀ ਯਾਦਗਿਰੀ ਮਨਾ ਰਹੇ ਹਾਂ ਵੀ ਅਸੀਂ ਸਾਲ ਬਾਅਦ 5 ਜਨਵਰੀ ਨੂੰ ਖੰਡ ਪਾਠ ਤਰਾਉਂਦੇ ਹਾਂ, 7 ਨੂੰ ਅਸੀਂ ਭੋਗ ਪਾਉਂਦੇ ਹਾਂ, ਅਤੇ ਅਸੀਂ ਆਪ ਹੀ ਕਰਨੇ ਹਾਂ ਜੋ ਕੋਈ ਨਹੀਂ ਕਿਸੇ ਨੇ ਵੀ ਸਹਾਇਤਾ ਦਿੱਤੀ, ਕਿਸੇ ਨੇ ਵੀ ਕੋਈ ਗੱਲ ਨਹੀਂ ਕੀਤੀ, ਅਸੀਂ ਆਪਦੇ ਆਪਦੇ ਵੱਲੋਂ ਅਸੀਂ ਜਿੰਨਾ ਪੁੰਨ ਦਾਨ ਹੋਵੇ ਅਸੀਂ ਕਰਨੇ। ਸੁਪਨੇ ਮੇਰੇ ਬੱਚੇ ਨੂੰ ਬੜਾ ਬੱਚਾ ਮੇਰਾ ਬੜੀ ਚੀਜ਼ ਸੀ, ਪਰ ਜੇ ਕਿਤੇ ਜਿਉਂਦਾ ਰਹਿੰਦਾ ਤਾਂ ਉਹਨੇ ਬੜੇ ਮੂੰਹ ਮੋੜਦੇ ਨੇ ਹਨ ਦੁਸ਼ਮਣਾਂ ਦੇ। ਪਰ ਉਹ ਬੱਚਾ ਜਿਹੜਾ ਨਾ ਬੜੀ ਵੱਡੀ ਚੀਜ਼ ਸੀ, ਪਰ ਹੁਣ ਕੋਈ ਕੀ ਕਰ ਸਕਦੇ ਆ। ਪਰ ਮੇਰੇ ਨਾਲ ਆਣ ਕੇ ਬਹੁਤ ਉਹਨੇ ਗੱਲਾਂ ਕੀਤੀਆਂ ਹਨ, ਇੱਕ ਨਹੀਂ ਉਹਨੇ ਪੂਰੀ ਕੀਤੀ। ਮੈਂ ਆਪਾਂ ਭੁੱਖ ਕਰ ਦਿਆਂਗਾ ਮੰਮੀ, ਮੈਂ ਭੁੱਖ ਕਰ ਦਿਆਂਗਾ, ਤੂੰ ਫਿਕਰ ਨਾ ਕਰ। ਪਰ ਇੰਨਾ ਹੈ ਉਹਨੇ ਭੁੱਖ ਕਰ ਦਿੱਤੀ, ਉਹਨੇ ਵੇਖਿਆ ਕੁਛ ਨਹੀਂ। ਰਾਤ ਨੂੰ ਮੇਰਾ ਬੱਚਾ ਆਉਂਦਾ ਹੈ ਘਰੇ, ਆਉਂਦਾ ਹੈ ਆਣ ਕੇ ਗੇੜਾ ਮਾਰਦਾ ਹੈ, ਬੂਹਾ ਖੜਕਦਾ ਹੈ, ਮੈਨੂੰ ਆਉਂਦੇ ਦਾ ਵੀ ਪਤਾ ਲੱਗਦਾ, ਮੈਨੂੰ ਜਾਂਦੇ ਦਾ ਵੀ ਪਤਾ ਲੱਗਦਾ, ਮੈਨੂੰ ਸੁਪਨੇ 'ਚ ਵੀ ਦੀਦਾ ਹੈ, ਸਾਰੀਆਂ ਗੱਲਾਂ ਬਾਤਾਂ ਮੇਰੇ ਨਾਲ ਕਰਦਾ, ਅੱਗੇ ਕੋਈ ਗੱਲ ਨਹੀਂ ਸੀ ਕਰਦਾ। ਐਤਕਾਂ ਉਹਨੇ ਬੜੀਆਂ ਸੋਹਣੀਆਂ ਮੇਰੇ ਨਾਲ ਗੱਲਾਂ ਕੀਤੀਆਂ ਨੇ, ਮੇਰਾ ਆਤਮਾ ਬਹੁਤ ਠੰਡਾ ਹੋਇਆ। ਮੈਂ ਆਖਾਂ ਵੀ ਲੋਕ ਕਹਿੰਦੇ ਨੇ ਅੰਨ ਹੋ ਗਿਆ, ਮੈਨੂੰ ਲੋਕ ਝੂਠ ਮਾਰਦੇ ਨੇ, ਪਰ ਮੈਨੂੰ ਨਾ ਉਹਦਾ ਕੁਛ ਨਹੀਂ ਹੋਇਆ, ਮੈਂ ਹੁਣ ਆ ਜਾਵਾਂਗਾ ਘਰੇ, ਆ ਜਾਵਾਂਗਾ, ਆਉਂਦੇ ਦਾ ਵੀ ਪਤਾ ਲੱਗਦਾ, ਜਾਂਦੇ ਦਾ ਵੀ ਪਤਾ ਲੱਗਦਾ, ਗੋਦੀ ਦਾ ਨਹੀਂ ਮੈਨੂੰ ਕੁਛ। ਉਹਦਾ ਕਮਰਾ ਮੈਂ ਬਣਾਇਆ, ਦਿਨ ਭਰ ਰਾਤ ਲਾਈਟ ਚੱਲਦੀ ਹੈ, ਦਿਨ ਭਰ ਰਾਤ ਉਹਦੇ ਪੱਖਾ ਚੱਲਦਾ ਹੈ, ਪਾਣੀ ਪਿਆ ਹੁੰਦਾ ਹੈ, ਆਪਦਾ ਆਉਂਦਾ ਜਾਂਦਾ, ਪਤਾ ਨਹੀਂ ਲੱਗਦਾ, ਕੋਈ ਦਿਸਦਾ ਨਹੀਂ। ਉਹਨਾਂ ਲੜਾਈ ਜੀ ਗੱਲ ਇਹ ਆ ਵੀ ਲੜਾਈ ਕਰਦੇ ਕਰਦੇ ਉਸੇ ਤਰ੍ਹਾਂ ਉਹਨਾਂ ਨੇ ਅਫਸਰਾਂ ਨੇ ਕਿਹਾ ਸੀ, ਮੈਂ ਉਹਨਾਂ ਅਫਸਰਾਂ ਨੂੰ ਸਗੋਂ ਘਾਬਰੀ ਹੋਈ ਕਹਿ ਬੈਠੀ, ਮੈਂ ਕਿਹਾ ਵੀ ਤੁਸੀਂ ਨਾ ਕਿਉਂ ਤੁਸੀਂ ਮੇਰੇ ਬੱਚੇ ਨੂੰ, ਤੁਸੀਂ ਮੇਰਾ ਬੱਚਾ ਬੜਾ ਨੰਬਰ ਲੈਂਦਾ ਸੀ ਅਤੇ ਮੇਰੇ ਬੱਚੇ ਨੂੰ ਤੁਸੀਂ ਤਾਂ ਨਹੀਂ ਕਿਤੇ ਮਾਰ ਦਿੱਤਾ। ਉਹਨਾਂ ਨੇ ਮੈਨੂੰ ਗੱਲ ਨਾਲ ਲਾ ਲਿਆ, ਉਹਨਾਂ ਆਖਿਆ ਆਪਦਾ ਬੱਚਾ ਕੋਈ ਨਹੀਂ ਮਾਰਦਾ, ਅਤੇ ਮਾਤਾ ਤਾਂ ਮੈਂ ਤੈਨੂੰ ਗੱਲ ਦੱਸਾਂਗਾ। ਫਿਰ ਉਹਨਾਂ ਪਿੰਡ ਦਾ ਸਰਪੰਚ ਮੰਗਾਇਆ, ਫਿਰ ਉਹਨਾਂ ਮੈਨੂੰ ਬਟਵਾ ਦਿੱਤਾ, ਫਿਰ ਮੈਨੂੰ ਉਹਨਾਂ ਗੱਲਾਂ ਦੱਸੀਆਂ ਵੀ ਅਸੀਂ ਬਲਵਿੰਦਰ ਨੂੰ ਕਿਹਾ ਸੀ ਵੀ ਤੂੰ ਨਹੀਂ ਕੋਈ ਵੀ ਗੱਲ ਕਰਨੀ, ਤੂੰ ਦੂਜਾ ਅਜੇ ਨਹੀਂ ਆਪਾਂ ਗੋਲੀ ਮਾਰਨੀ। ਉਹਨਾਂ 5 ਵਜੇ ਤੋਂ ਗੋਡੇ ਮੁੱਦੇ ਮਾਰ ਲਿਆਂਦਾ ਸਾਹਿਬ, ਆਪਣੇ ਦੋ ਦੁਸ਼ਮਣ ਜਾਂਦੇ ਨੇ, ਦੋ ਦੁਸ਼ਮਣ ਵੇਖੇ ਨੇ, ਦੋ ਦੁਸ਼ਮਣ ਵੇਖ ਕੇ ਅਤੇ ਇਹਨਾਂ ਨੇ ਗੋਲੀ ਛੱਡ ਦਿੱਤੀ। 5 ਵਜੇ ਤੋਂ 6, 7, 8, 9, 10 ਵਜੇ ਉਹਨਾਂ ਨੂੰ ਗੋਲੀ ਲੱਗ ਗਈ। ਜਦੋਂ ਗੋਲੀ ਲੱਗ ਗਈ ਹੈ ਤਾਂ ਫਿਰ ਮੈਨੂੰ ਤਾਂ ਐਂ ਲੱਗਾ ਜਿਵੇਂ ਮਹਿਸੂਸ ਹੋਇਆ ਵੀ ਮੇਰਾ ਲੱਕ ਟੁੱਟ ਗਿਆ। ਮੈਂ ਰਾਤ ਆਖਣ ਲੱਗੀ ਲੱਕ ਪੀੜ ਹੁੰਦਾ, ਲੱਕ ਪੀੜ ਹੁੰਦਾ,
ਪਰ ਨਾ ਐਂ ਝਿੜ ਮਸ਼ਵਰੀ 'ਚ ਗੱਲ ਪੈ ਗਈ ਪਈ, ਐਵੇਂ ਤੇਰਾ ਲੱਕ ਪੀੜ ਲੰਮੀ ਪਈ ਪਈ ਦਾ ਕਿਉਂ ਹੋਣ ਲੱਗ ਗਿਆ। ਪਰ ਮੈਨੂੰ ਜਦੋਂ ਸੁਨੇਹਾ ਜੁੜਿਆ ਮੇਰੇ ਅੱਖਾਂ ਮੂਹਰੇ ਨੇਰ ਹੋ ਗਿਆ। ਮੇਰਾ ਨਿੱਕਾ ਬੱਚਾ ਨਾਲ ਸੀ, ਮੈਨੂੰ ਸ਼ਹਿਰੋਂ ਲੈ ਕੇ ਗਿਆ। ਆਉਂਦਾ ਕੋਈ ਨਹੀਂ, ਆਪਣਾ ਨਹੀਂ ਹੋਣਾ, ਆਪਣਾ ਬੜਾ ਚੁਸਤ ਚਲਾਕ ਹੈ, ਆਪਣਾ ਨਹੀਂ ਹੋਣਾ ਹੋਰ ਕੋਈ ਹੋਣਾ। ਪਰ ਜਦੋਂ ਮੈਂ ਘਰੇ ਗਈ ਮਿੰਟਰੀ ਜਾਵੇ ਆਵੇ ਮਿੰਟਰੀ ਆਖੇ ਤੁਹਾਡਾ ਨਹੀਂ ਬੱਚਾ, ਇਹ ਹੋਰ ਕੋਈ ਹੈ, ਕਿਸੇ ਦਾ ਹੋਰ ਦਾ ਕਿਸੇ ਦਾ। ਪਰ ਮੈਨੂੰ ਕੋਈ ਇਹ ਨਹੀਂ ਸੀ ਪਤਾ ਵੀ ਮੇਰੇ ਨਾਲ ਹੀ ਇਹ ਕੰਮ ਬਣ ਗਿਆ। ਪਰ ਬੱਚੇ ਨੇ ਨਾ ਬੜੀ ਬਹਾਦਰੀ ਕੀਤੀ, 5 ਘੰਟੇ ਮੁਕਾਬਲਾ ਕੀਤਾ ਇਕੱਲੇ ਨੇ, ਦੂਜੇ ਪਿੱਛੇ ਲੰਮੇ ਪੈ ਰਹੇ ਨੇ, 6 ਬੰਦੇ ਸਨ ਉਹ ਲੰਮੇ ਪੈ ਰਹੇ ਨੇ 5 ਘੰਟੇ ਮੇਰੇ ਬੱਚੇ ਨੇ ਮੁਕਾਬਲਾ ਕੀਤਾ। ਉੱਥੋਂ ਫਿਰ ਅੱਗੋਂ ਗੋਲੀ ਬੰਦ ਹੋ ਗਈ, ਗੋਲੀ ਜਦੋਂ ਬੰਦ ਹੋਈ ਇਹਨੇ ਫਿਰ ਇਹਨੇ ਨੇ ਅੱਗੋਂ ਨਾ ਮਾੜਾ ਜਿਹਾ ਉੱਠ ਕੇ ਪਾਸਾ ਪਰਤਣ ਲੱਗਾ, ਉਹ ਕਦੇ ਨਾਲ ਬੁੱਚੜ 'ਤੇ ਬੈਠੇ ਸਨ, ਫਿਰ ਉਹਨਾਂ ਨੇ ਗੋਲੀ ਮਾਰੀ ਮੇਰੇ ਮੁੰਡੇ ਨੂੰ, 4 ਗੋਲੀਆਂ ਵੱਜੀਆਂ। ਅਤੇ ਉਹਨਾਂ ਨੇ ਫਿਰ ਹਿਸਾਬ ਨਾਲ ਮੁਕਾਬਲਾ ਬੜਾ ਕਰਦਾ ਰਿਹਾ, ਫਿਰ ਉਹਨਾਂ ਨੇ ਅਫਸਰਾਂ ਨੇ ਬੜਾ ਉਹਨੇ ਸ਼ਾਬਾਸ਼ ਦਿੱਤੀ। ਫਿਰ ਉੱਥੋਂ ਬੱਚੇ ਬੜੇ 40 ਬੰਦਿਆਂ ਦੇ ਬੂਟ ਹੀ ਨਿਕਲੇ ਨੇ, ਫਿਰ ਉੱਥੋਂ ਅੰਦਰੋਂ ਗਾਜਰਾਂ, ਉਹ ਆਉਂਦੇ ਮਾਤਾ ਸਾਡਾ ਤਾਂ ਇੱਕ ਜਵਾਨ ਸ਼ਹੀਦ ਹੋ ਹੀ ਗਿਆ ਹੈ, ਪਰ ਇੰਨਾ ਹੈ ਵੀ ਸਾਡੇ ਪਤਾ ਨਹੀਂ ਕਿੰਨੇ ਜਵਾਨ ਇੱਥੇ ਸ਼ਹੀਦ ਹੋਣੇ ਸਨ, ਵੀ ਸਾਨੂੰ ਇੰਨਾ ਉਹਨਾਂ ਨੇ ਕਿੰਨੇ ਅੱਟ ਸਮਾਨ ਨਿਕਲਿਆ ਹੈ, ਕਿੰਨੀਆਂ ਖੰਡਾਂ ਦੀਆਂ ਬੋਰੀਆਂ ਨਿਕਲੀਆਂ, ਬਹੁਤ ਸਮਾਨ ਨਿਕਲਿਆ। ਉਹ ਸਮਾਨ ਨੂੰ ਮੈਨੂੰ ਸਲਾਮਾਂ ਆਉਂਦੀਆਂ ਨੇ, ਉਹ ਸਮਾਨ ਬੜਾ ਚੱਕਿਆ ਅਤੇ ਥੱਲੇ ਹੀ ਛੜਕ ਆਉਂਦੀ ਸੀ ਅਤੇ ਥੱਲੇ ਹੀ ਜਾਂਦੀ ਸੀ। ਪਰ ਇਹਨਾਂ ਨੇ ਫਿਰ ਜਦੋਂ ਸਾਰਾ ਸਮਾਨ ਕੱਢ ਲਿਆ, ਫਿਰ ਇਹਨਾਂ ਨੇ ਬੰਬ ਮਾਰੇ ਨੇ ਆਪਣੀ ਮਿੰਟਰੀ ਨੇ ਵੀ ਉਹ ਭੰਨ ਦਿੱਤਾ। ਇਹ ਫਿਰ ਬੱਚਿਆਂ ਤਾਂ ਸਭ ਨੂੰ ਹੀ ਪਿਆਰਾ ਹੁੰਦਾ ਹੈ, ਪਰ ਇਹ ਆ ਵੀ ਹੁਣ ਕੋਈ ਹੱਥ ਨਹੀਂ ਪੈਂਦਾ, ਬੱਚਿਆਂ ਵਾਲੀ ਗੱਲ ਨਹੀਂ ਕਿਤੇ ਬਣਦੀ। ਦੇਖਭਾਲ ਮੇਰੀ ਵੱਡੀ ਨੂੰਹ ਕਰਦੀ ਹੈ, ਦੂਜੇ ਸਾਰੇ ਆਣ ਕੇ ਮਹੀਨੇ ਵਾਲੇ ਦਿਨ ਸਾਰਿਆਂ ਨੇ ਆਣ ਕੇ ਮੱਥਾ ਟੇਕਣਾ ਅਤੇ ਮੱਥਾ ਟੇਕ ਕੇ ਇਹ ਦਿਨ ਪਰ ਰਾਤ ਮੈਂ ਤਾਂ ਅਗਰਬੱਤੀ ਦੇਵਾਂ ਅਤੇ ਮੇਰੇ ਕੋਲ ਉਹਨਾਂ ਨੇ ਕਹਿ ਦਿੱਤਾ ਹੈ ਵੀ ਵੱਡੇ ਬੱਚੇ ਦੇ ਵਿੱਚ ਕਈ ਵਾਰ ਦਿਮਾਗ ਜਿਹਾ ਤਾਂ ਹੋ ਹੀ ਜਾਂਦਾ, ਉਹ ਆਉਂਦਾ ਵੀ ਮੈਂ ਇਹਦੇ ਤੋਂ ਮਾਂ ਨੇ ਜਨਮ ਦਿੱਤਾ ਹੈ, ਮਾਂ ਤੋਂ ਅਗਰਬੱਤੀ ਨਹੀਂ ਲੈਣੀ, ਉਂਝ ਬਵੇ ਮੇਰੇ ਕਮਰੇ 'ਚ। ਕਈ ਵਾਰ ਗੁੱਸੇ ਰਾਜੀ ਵੀ ਜਿਵੇਂ ਬੰਦੇ ਦੇ ਦਿਮਾਗ 'ਚ ਹੋ ਜਾਂਦੀ ਹੈ ਵੀ ਮੇਰੇ ਘਰੇ ਆਵੇ ਮੇਰੇ ਘਰੇ ਜਾਵੇ, ਪਰ ਅਗਰਬੱਤੀ ਨਹੀਂ, ਅਗਰਬੱਤੀ ਮੇਰੀ ਵੱਡੀ ਨੂੰਹ ਮਿਲਦੀ ਹੈ, ਉਹ ਦਿੰਦੀ ਛੁੱਟੀਆਂ ਆਉਂਦੀਆਂ ਨੇ ਮੱਥਾ ਟੇਕਦੀਆਂ ਨੇ ਆਪਦਾ, ਐਨ ਬੜਾ ਵਧੀਆ ਸਾਰਾ ਸਫਾਈ ਜਦੋਂ ਕਰਦੀਆਂ ਨੇ ਸਾਰਾ ਕੁਛ ਕਰਦੀਆਂ ਨੇ, ਵਧੀਆ ਆਪਦਾ ਕਾਰੋਬਾਰ ਕਰਦੀਆਂ ਨੇ। ਪਰ ਇੰਨਾ ਹੈ ਵੀ ਜਿਹੜਾ ਨਾ ਧੂਖਬੱਤੀ ਅਗਰਬੱਤੀ ਸਵੇਰੇ ਉੱਠ ਕੇ ਇਹਨਾਂ ਨੇ ਬੂਹਾ ਖੋਲ੍ਹਣਾ ਹੈ ਇਹਨਾਂ ਨੇ, ਮੈਂ ਤਾਂ ਕਦੇ ਕਦਾਂ ਹੀ ਵੜਨੀ ਹਾਂ, ਮੈਂ ਜਦੋਂ ਵੜਦੀ ਹਾਂ ਮੇਰੇ ਦਿਲ ਨੂੰ ਬੜੇ ਘਬਰਾਹਟ ਹੁੰਦੀ ਵੀ ਮੇਰੇ ਉਹਨਾਂ ਪੁੱਤਰਾਂ ਦੀਆਂ ਐਡੀਆਂ ਸੋਹਣੀਆਂ ਕੋਠੀਆਂ ਪਈਆਂ ਨੇ ਅਤੇ ਮੇਰੇ ਉਸ ਪੁੱਤਰ ਨੇ ਨਿੱਕੇ ਜਿਹੇ ਕਮਰੇ 'ਚ ਗੁਜ਼ਾਰਾ ਕਰਦਾ ਪਿਆ, ਮੇਰੇ ਦਿਮਾਗ 'ਤੇ ਲੋਡ ਹੋਲ ਹੋ ਜਾਂਦਾ। ਮੇਰਾ ਨਾਮ ਬਚਨ ਕੌਰ। ਜੋ ਵੀਰ ਜੀ ਬਲਵਿੰਦਰ ਸਿੰਘ ਜੀ ਸ਼ਹੀਦ ਹੋਏ 5 ਜਨਵਰੀ 1999 ਨੂੰ ਕਾਰਗਿਲ ਦੀ ਮਤਲਬ ਯੁੱਧ ਵਿੱਚ, ਉਹ ਅੱਜ 7 ਜੁਲਾਈ ਨੂੰ ਉਹਨਾਂ ਨੇ ਵਿਜੈ ਦਿਵਸ ਮਨਾਇਆ ਸੀ, ਮਤਲਬ ਕਾਰਗਿਲ ਦੀ ਪਹਾੜੀ ਉੱਪਰ ਜਿੱਤ ਪ੍ਰਾਪਤ ਹੋਈ ਸੀ ਅੱਜ ਦੇ ਦਿਨ। ਸਾਨੂੰ ਬਹੁਤ ਮਾਣ ਮਹਿਸੂਸ ਹੈ ਕਿ ਸਾਡੇ ਵੱਡੇ ਵੀਰ ਜੀ ਨੇ ਮਤਲਬ ਇੰਨਾ ਬਲੀਦਾਨ ਦੇਸ਼ ਲਈ ਦਿੱਤਾ ਹੈ। ਔਰ ਮੇਰੇ ਹਸਬੈਂਡ ਵੀ ਆਰਮੀ 'ਚ ਨੇ, ਸਾਡਾ ਇੱਕ ਭਤੀਜਾ ਵੀ ਮਤਲਬ ਆਰਮੀ ਦੀ ਜੋਬ ਕਰ ਰਿਹਾ, ਹੁਣੇ ਹੁਣੇ ਸਾਲ ਹੋਇਆ ਭਰਤੀ ਹੋਇਆ। ਔਰ ਸਾਡੇ ਜੋ ਛੋਟੇ ਬੱਚੇ, ਉਹਨਾਂ ਨੂੰ ਵੀ ਬਹੁਤ ਹੀ ਸ਼ੌਂਕ ਹੈ ਮਤਲਬ ਕਿ ਅਸੀਂ ਆਪਣੇ ਦੇਸ਼ ਦੇ ਲਈ ਕੁਛ ਸੇਵਾ ਕਰੀਏ। ਉਹਨਾਂ ਨੂੰ ਮਤਲਬ ਕਮਾਈ ਨਾਲ ਮਤਲਬ ਨਹੀਂ, ਉਹਨਾਂ ਨੂੰ ਬਸ ਦੇਸ਼ ਭਗਤੀ ਦਾ ਜਜ਼ਬਾ ਹੈ ਉਹਨਾਂ ਵਿੱਚ, ਆਪਣੇ ਚਾਚਾ ਜੀ ਵੱਲੇ ਦੇਖ ਦੇਖ ਕੇ। ਔਰ ਸਾਡੇ ਸਾਰੇ ਪਰਿਵਾਰ ਵੱਲੋਂ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਅੱਜ ਦੇ ਦਿਨ, ਮਤਲਬ ਅੱਜ ਦੇ ਦਿਨ ਉਹਨਾਂ ਨੇ ਕਾਰਗਿਲ ਦੀ ਜਿੱਤ ਪ੍ਰਾਪਤ ਹੋਈ ਸੀ। ਘਾਟ ਤਾਂ ਵੀਰ ਜੀ ਬਹੁਤ ਮਹਿਸੂਸ ਹੁੰਦੀ ਹੈ ਸਾਨੂੰ, ਕਿਉਂਕਿ ਅੱਜ ਤੱਕ ਉਹਨਾਂ ਨੇ ਪੈਨਸ਼ਨ ਪਾ ਕੇ ਘਰ ਆ ਜਾਣਾ ਸੀ, ਚਲੋ ਹੁਣ ਉਹਨਾਂ ਦੇ ਜਿਵੇਂ ਜਿਵੇਂ ਦਿਨ ਨਜ਼ਦੀਕ ਆ ਰਹੇ ਪੈਨਸ਼ਨ ਦੇ, ਸਾਡੀ ਮੰਮਾ ਜੀ ਨੂੰ ਬਹੁਤ ਫੀਲ ਹੋ ਰਿਹਾ ਹੈ। ਮਤਲਬ ਉਹ ਜਦੋਂ ਵੀ ਜਾਂਦੇ ਆ ਬਾਹਰ, ਮਤਲਬ ਉਹਨਾਂ ਦੇ ਦਿਲ 'ਤੇ ਬਹੁਤ ਲੱਗਦਾ ਹੈ ਕਿ ਮੇਰਾ ਬੇਟਾ ਅੱਜ ਹੁੰਦਾ ਤਾਂ ਸ਼ਹੀਦ, ਪਰ ਫਿਰ ਵੀ ਉਹਨਾਂ ਨੂੰ ਮਾਣ ਮਹਿਸੂਸ ਹੈ ਮਤਲਬ ਸਾਡਾ ਬੇਟਾ ਦੇਸ਼ ਲਈ ਹੋਇਆ ਹੈ ਸ਼ਹੀਦ। ਘਰ ਦੇ ਅੰਦਰ ਮਤਲਬ ਜੋ ਵੀ ਸਾਨੂੰ ਸੈਨਾ ਅਧਿਕਾਰੀਆਂ ਵੱਲੋਂ ਉਹਨਾਂ ਦੀਆਂ ਚੀਜ਼ਾਂ ਸੌਂਪੀਆਂ ਗਈਆਂ, ਡਰੈਸ ਵਗੈਰਾ ਜੋ ਵੀ, ਅਸੀਂ ਬਹੁਤ ਸਾਂਭ ਸੰਭਾਲ ਕੇ ਰੱਖਿਆ ਹੋਇਆ ਹੈ। ਹਰ ਵਕਤ ਉਹਦਾ ਕਮਰਾ ਮਤਲਬ ਅਸੀਂ ਸਜਾ ਕੇ ਰੱਖਦੇ ਹਾਂ, ਪੱਖਾ ਚੱਲਦਾ ਰਹਿੰਦਾ ਹੈ, ਪਾਣੀ ਰੱਖਦੇ ਹਾਂ, ਮਤਲਬ ਸਾਨੂੰ ਐਂ ਲੱਗਦਾ ਹੈ ਕਿ ਉਹ ਹੈ, ਦਿਸਦੇ ਨਹੀਂ ਹੈ ਪਰ ਜ਼ਿੰਦਾ ਹਨ ਉਹ ਸਾਡੇ ਲਈ। ਸਾਡੇ ਪਰਿਵਾਰ 'ਤੇ ਵੀ ਉਹਨਾਂ ਦਾ ਪੂਰਾ ਮਤਲਬ ਹੱਥ ਹੈ। 19 ਸਾਲ ਦੇ ਸੀ, ਮਤਲਬ ਉਹਨਾਂ ਨੇ 2 ਸਾਲ ਹੀ ਨੌਕਰੀ ਕੀਤੀ, ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਜਲਦੀ ਹੀ ਕਾਰਗਿਲ ਦੀ ਲੜਾਈ ਸ਼ੁਰੂ ਹੋ ਗਈ, ਉੱਥੇ ਸਿੱਧੇ ਚਲੇ ਗਏ। ਮਤਲਬ 2 ਸਾਲ ਨੌਕਰੀ ਕਰਨ ਤੋਂ ਬਾਅਦ ਉਹਨਾਂ ਨੇ ਸ਼ਹਾਦਤ ਦੇ ਦਿੱਤੀ, ਬਹੁਤ ਹੀ ਛੋਟੀ ਉਮਰ ਵਿੱਚ ਉਹਨਾਂ ਨੇ ਸ਼ਹਾਦਤ ਦਿੱਤੀ ਹੈ।
ਕੁਛ ਤਾਂ ਗੱਲਾਂ ਪੂਰੀਆਂ ਹੋਈਆਂ ਨੇ, ਮਤਲਬ ਕੁਛ ਕਮੀਆਂ ਰਹਿ ਵੀ ਗਈਆਂ ਨੇ। ਮਤਲਬ ਜਿਸ ਤਰ੍ਹਾਂ ਸਾਡੇ ਮੰਮੀ ਜੀ ਦੱਸਦੇ ਨੇ ਕਿ ਸਾਨੂੰ ਮਤਲਬ ਕਈ ਹੈ ਚੀਜ਼ਾਂ ਜਿਹਨਾਂ ਤੋਂ ਅਸੀਂ ਵਾਂਝੇ ਹਾਂ, ਮਤਲਬ ਸਾਡੀ ਸੁਣਵਾਈ ਨਹੀਂ ਹੋ ਰਹੀ। ਬਾਕੀ ਅਸੀਂ 7 ਜਨਵਰੀ ਨੂੰ ਹਰ ਸਾਲ ਉਹਨਾਂ ਦੀ ਬਰਸੀ ਮਨਾਉਂਦੇ ਹਾਂ। ਮਤਲਬ ਕੋਈ ਅਧਿਕਾਰੀ ਮਤਲਬ ਨਹੀਂ ਪਹੁੰਚਦਾ ਸਾਡੇ ਘਰ ਬਰਸੀ 'ਤੇ। ਕਿਸੇ ਨੇ ਵੀਰ ਜੀ ਸਾਨੂੰ ਕੋਈ ਸੱਦਾ ਪੱਤਰ ਨਹੀਂ ਦਿੱਤਾ, ਕੋਈ ਮਾਤਾ ਜੀ ਨੂੰ ਸਾਡੀ ਨੂੰ ਨਹੀਂ ਕਿਸੇ ਨੇ ਸਨਮਾਨਿਤ ਕੀਤਾ, ਕੋਈ ਨਹੀਂ ਆਇਆ ਇੱਥੇ। ਮਤਲਬ ਅਸੀਂ ਆਪਣੇ ਵੱਲੋਂ ਆਪਣੇ ਵੀਰ ਜੀ ਨੂੰ ਸ਼ਹਾਦਤ ਦੇ ਫੁੱਲ ਸ਼ਰਧਾ ਦੇ ਭੇਟ ਕਰਦੇ ਹਾਂ, ਹਰ ਸਾਲ ਕਰਦੇ ਹਾਂ ਔਰ ਕਰਦੇ ਰਹਾਂਗੇ। ਨਹੀਂ ਕੋਈ ਫੌਜ ਦਾ ਵੀ ਨਹੀਂ। ਰਾਜਵਿੰਦਰ ਕੌਰ, ਮੇਰੇ ਹਸਬੈਂਡ ਦੀ ਟ੍ਰੇਨਿੰਗ ਚੱਲ ਰਹੀ ਸੀ ਉਸ ਟਾਈਮ ਜਦੋਂ ਇਹਨਾਂ ਦੀ ਮਤਲਬ ਸ਼ਹੀਦੀ ਪ੍ਰਾਪਤ ਹੋ ਗਈ। ਇਹ ਸਮਾਨ ਜੋ ਅਸੀਂ ਦਿਖਾ ਰਹੇ ਹਾਂ, ਮਤਲਬ ਇਹ ਸ਼ਹੀਦ ਕੁਲਵਿੰਦਰ ਸਿੰਘ ਜੀ ਦਾ ਹੈ, ਜੋ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸਾਨੂੰ ਸੌਂਪਿਆ ਗਿਆ ਹੈ। ਇਹ ਉਹਨਾਂ ਦੇ ਜੋ ਗੋਲੀਆਂ ਲੱਗੀਆਂ ਸੀ ਉਹ ਹੈ, ਇਹ ਉਹਨਾਂ ਦੀ ਬੈਲਟ ਹੈ, ਇਹ ਉਹਨਾਂ ਦੇ ਡਰੈਸ ਪਾਈ ਹੋਈ ਸੀ ਜੋ ਵੀ ਸਾਨੂੰ ਸੌਂਪੀ ਗਈ ਹੈ ਬਾਅਦ ਵਿੱਚ। ਜੋ ਇਹ ਸਮਾਨ ਉਹਨਾਂ ਦਾ ਸਾਰਾ ਮਤਲਬ ਸਾਨੂੰ ਸ਼ਹਾਦਤ ਤੋਂ ਬਾਅਦ ਫੌਜ ਵਾਲੇ ਅਧਿਕਾਰੀਆਂ ਵੱਲੋਂ ਸਾਨੂੰ ਦਿੱਤਾ ਗਿਆ ਹੈ। ਉਹ ਤਾਂ ਹੈਗੀਆਂ ਤੁਹਾਨੂੰ ਨਹੀਂ।